ਕੋਰੋਨਾ ਦੀ ਮਹਾਮਾਰੀ ਨੂੰ ਰੋਕਣ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਮਕਸਦ ਦੇ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਤਕਰੀਬਨ 20 ਕਿਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, SDM ਅਮਿਤ ਗੁਪਤਾ, ਸਾਈਕਲ ਐਸੋਸੀਏਸ਼ਨ ਦੇ ਫਿਰੋਜ਼ਪੁਰ ਦੇ ਪ੍ਰਧਾਨ ਅਨਿਰੁੱਧ ਗੁਪਤਾ ਅਤੇ ਸਕੱਤਰ ਸੋਹਣ ਸਿੰਘ ਸੋਢੀ ਸਮੇਤ ਹੋਰ ਸਾਈਕਲਿਸਟਾਂ ਨਾਲ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਤੋਂ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਸਮਾਧ ਤੱਕ 20 ਕਿਲੋਮੀਟਰ ਸਾਈਕਲ ਚਲਾ ਕੇ ਪਹੁੰਚੇ। ਵਿਸ਼ਵ ਸਾਈਕਲ ਦਿਵਸ ਤੇ ਲੋਕਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਤੇ ਸਾਈਕਲ ਚਲਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਚੱਲ ਰਹੀ ਇਸ ਲੜਾਈ ਨੂੰ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵਿਲੱਖਣ ਪਹਿਲ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਹੱਥਾਂ ਨੂੰ ਸਾਬਣ ਨਾਲ ਧੋਣਾ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਆਦਿ ਸਾਵਧਾਨੀ ਨੂੰ ਅਪਣਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਖਤਰਾ ਅਜੇ ਪੂਰਾ ਟਲਿਆ ਨਹੀਂ, ਜਦ ਤੱਕ ਇਹ ਬਿਮਾਰੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆ ਜਾਂਦੀ ਤਦ ਤੱਕ ਸਮਾਜਿਕ ਦੂਰੀ, ਮਾਸਕ ਪਹਿਨਣਾ, ਸਵੱਛਤਾ ਨੂੰ ਬਣਾਈ ਰੱਖਣ ਦੇ ਨਿਯਮਾਂ ਨੂੰ ਅਪਣਾਉਣ ਦੀ ਸਖ਼ਤ ਲੋੜ ਹੈ। ਅੰਤ ਵਿੱਚ ਇਸ ਸਾਈਕਲ ਰਾਈਡਿੰਗ ਵਿੱਚ ਸ਼ਾਮਲ ਹੋਏ ਸਾਰੇ ਮੈਂਬਰਾਂ ਨੂੰ ਦਾਸ ਐਂਡ ਬ੍ਰਾਊਨ ਸਕੂਲ ਕੇ ਰਿਫਰੈਸ਼ਮੈਂਟ ਦਿੱਤੀ ਗਈ। ਇਸ ਵਿੱਚ ਸਾਈਕਲਿੰਗ ਐਸੋਸੀਏਸ਼ਨ ਦੇ ਮੈਂਬਰ ਡਾਕਟਰ ਸਤਿੰਦਰ ਸਿੰਘ, ਗੁਰਮੁਖ ਸਿੰਘ, ਹਰਬੀਰ ਸੰਧੂ, ਡਾਕਟਰ ਕਮਲ, ਡਾਕਟਰ ਰਜਨੀਸ਼, ਮਨਜੀਤ ਸਿੰਘ, ਸੁਰਿੰਦਰ ਸਿੰਘ, ਵਿਕਰਮਾਦਿੱਤ ਸ਼ਰਮਾ, ਗਜ਼ਲਪ੍ਰੀਤ ਸਿੰਘ, ਜਗਦੀਪ ਸਿੰਘ ਮੰਗਤ, ਅਮਨਦੀਪ ਸੰਧੂ, ਪ੍ਰਿਤਪਾਲ ਸੰਧੂ, ਸੰਜੀਵ ਟੰਡਨ, ਕੁਲਭੂਸ਼ਣ ਕੁਮਾਰ, ਬਲਵਿੰਦਰ ਮੋਹੀ ਨੇ ਵੀ ਹਿੱਸਾ ਲਿਆ। ਫਿਰੋਜ਼ਪੁਰ ਤੋਂ ਸਾਡੇ ਪੱਤਰਕਾਰ ਅਸ਼ੋਕ ਭਾਰਦਵਾਜ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਵਰਲਡ ਬਾਈਸਾਈਕਲ ਡੇ 'ਤੇ ਸਭਨਾਂ ਨੂੰ ਵਧਾਈ ਦਿੰਦਾ। ਹੁਣੇ ਹੁਣੇ ਅਸੀਂ ਬੜੀ ਵੱਡੀ ਮਹਾਂਮਾਰੀ ਦੇ ਵਿੱਚੋਂ ਲੰਘ ਕੇ ਆ ਰਹੇ ਹਾਂ। ਹਜੇ ਹਾਲਾਤ ਓਨੇ ਸੁਖਾਵੇਂ ਨਹੀਂ ਹੋਏ, ਉਹ ਖਤਰਾ ਨਹੀਂ ਟਲਿਆ। ਇਸੇ ਕਰਕੇ ਸਾਡਾ ਪੰਜਾਬ ਦਾ, ਦੇਸ਼ ਦਾ ਮਿਸ਼ਨ ਫਤਿਹ ਚੱਲ ਰਿਹਾ, ਜਿਹਦੇ ਤਹਿਤ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜੋ ਅਸੀਂ ਪਹਿਲਾਂ ਇਤਿਹਾਸ ਵਰਤਦੇ ਸੀ, ਪਾਬੰਦੀਆਂ ਲਗਾਈਆਂ ਗਈਆਂ ਸੀ, ਉਹਨਾਂ ਦੀ ਆਪਾਂ ਹੁਣ ਵੀ ਪਾਲਣਾ ਕਰੀਏ। ਜਿਵੇਂ ਕਿ ਮਾਸਕ ਰੱਖਣਾ ਜਦੋਂ ਵੀ ਆਪਾਂ ਪਬਲਿਕ ਥਾਵਾਂ 'ਤੇ ਜਾਈਏ, ਸੋਸ਼ਲ ਡਿਸਟੈਂਸਿੰਗ ਰੱਖਣੀ, ਅਤੇ ਜੇ ਕੋਈ ਬਾਹਰੋਂ ਆਉਂਦਾ ਉਹਦੀ ਇਤਲਾਹ ਦੇਣੀ, ਉਹਨਾਂ ਨੂੰ ਜਾਗਰੂਕ ਕਰਨਾ ਕਿ ਉਹ ਆਪਣੇ ਘਰ ਦੇ ਵਿੱਚ ਖੁਦ ਨੂੰ ਕੁਆਰੰਟਾਈਨ ਕਰਕੇ ਰੱਖਣ। ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਇਤਿਹਾਸਾਂ ਅਸੀਂ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਹਦਾਇਤਾਂ ਆਈਆਂ ਸੀ, ਉਹਨਾਂ ਦੀ ਪਾਲਣਾ ਕਰੀਏ। ਅਜੇ ਖਤਰਾ ਸਾਡੇ ਤੋਂ ਖਤਮ ਨਹੀਂ ਹੋਇਆ ਹੈ। ਥੋੜ੍ਹਾ ਅਸੀਂ ਹੁਣ ਕੰਫਰਟੇਬਲ ਪੁਜੀਸ਼ਨ ਦੇ ਵਿੱਚ ਜ਼ਰੂਰ ਹਾਂ ਪੰਜਾਬ ਦੀ, ਜੇ ਮੈਂ ਗੱਲ ਕਰਾਂ, ਬਟ ਅਜੇ ਖਤਰਾ ਉਹ ਖਤਮ ਨਹੀਂ ਹੋਇਆ, ਕਿਉਂਕਿ ਕਿਸੇ ਵੀ ਬਿਮਾਰੀ ਦੀ ਦੂਸਰੀ ਤੀਸਰੀ ਲਹਿਰ ਵੀ ਆਉਂਦੀ ਹੈ, ਕਈ ਵਾਰੀ ਉਹ ਪਹਿਲੀ ਨਾਲੋਂ ਜ਼ਿਆਦਾ ਘਾਤਕ ਵੀ ਹੋ ਜਾਂਦੀ ਹੈ। ਸੋ ਅਸੀਂ ਸਾਰੇ ਇਸ ਵਾਇਰਸ ਤੋਂ ਬਚਾਅ ਲਈ ਜਿੰਨੀਆਂ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰੀਏ, ਅਤੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਘਰ ਨੂੰ, ਦੇਸ਼ ਨੂੰ, ਸਾਰਿਆਂ ਨੂੰ ਸੁਰੱਖਿਅਤ ਰੱਖੀਏ, ਤੰਦਰੁਸਤ ਰੱਖੀਏ। ਸਰ, ਸਾਈਕਲ ਡੇ 'ਤੇ, ਸਾਈਕਲ ਡੇ 'ਤੇ ਦੇਖੋ, ਸਾਨੂੰ ਇਸ ਵਾਇਰਸ ਨਾਲ ਜੇ ਆਪਾਂ ਜੋੜ ਕੇ ਗੱਲ ਕਰੀਏ ਤਾਂ ਇਸ ਵਾਇਰਸ ਤੋਂ ਸਾਨੂੰ ਕੀ ਚੀਜ਼ ਬਚਾਉਂਦੀ ਹੈ, ਹੁਣ ਤੱਕ ਕੀ ਸਿੱਧ ਹੋਇਆ, ਕਿਉਂਕਿ ਇਹਦੀ ਅਜੇ ਤੱਕ ਕੋਈ ਵੈਕਸੀਨ ਨਹੀਂ ਬਣੀ, ਅਜੇ ਤੱਕ ਕੋਈ ਦਵਾਈ ਨਹੀਂ ਆਈ, ਤਾਂ ਸਾਡੀ ਜਿਹੜੀ ਅੰਦਰੋਂ ਇਮਿਊਨਿਟੀ ਹੈ ਉਹੀ ਸਾਨੂੰ ਇਸ ਵਾਇਰਸ ਦੇ ਖਿਲਾਫ ਮਜ਼ਬੂਤ ਬਣਾਉਂਦੀ ਹੈ, ਇਸ ਵਾਇਰਸ ਨੂੰ ਹਰਾਉਂਦੀ ਹੈ। ਤੋ ਸਾਈਕਲਿੰਗ ਜਾਂ ਫਿਜ਼ੀਕਲ ਐਕਸਰਸਾਈਜ਼ ਜਾਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਜਿਹੜੀ ਹੈ ਉਹ ਜ਼ਰੂਰ ਕਰਦੇ ਰਹੋ, ਤਾਂ ਕਿ ਤੁਹਾਡੀ ਇਮਿਊਨਿਟੀ ਅੰਦਰੋਂ ਸਟਰੋਂਗ ਬਣੇ ਅਤੇ ਇਸ ਵਾਇਰਸ ਨੂੰ ਅਸੀਂ ਹਰਾ ਸਕੀਏ। ਔਰ ਮੈਨੂੰ ਪੂਰੀ ਉਮੀਦ ਹੈ, ਪੂਰਨ ਵਿਸ਼ਵਾਸ ਹੈ ਕਿ ਅਸੀਂ ਇਸ ਵਾਇਰਸ ਨੂੰ ਹਰਾਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।